ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਰਮਨ ਪੰਜਾਬੀ ਕੁਕਿੰਗ ਐਂਡ ਵਲੋਗ ਦੇ ਵਿੱਚ। ਅੱਜ ਦਾ ਵਲੋਗ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਘਰ ਦੇ ਛੋਟੇ ਮੋਟੇ ਕੰਮ, ਕਿਚਨ ਦਾ ਅਤੇ ਮੋਰਨਿੰਗ ਰੂਟੀਨ ਆਪਾਂ ਤੁਹਾਡੇ ਨਾਲ ਬਹੁਤ ਵਾਰੀ ਜਿਹੜਾ ਸ਼ੇਅਰ ਕੀਤਾ। ਅੱਜ ਆਪਾਂ ਪਾਉਂਦੇ ਹਾਂ ਸੋਫਿਆਂ ਦੇ ਕਵਰ, ਇਹ ਮੈਂ ਕੱਲ੍ਹ ਜਿਹੜੇ ਕਵਰ ਹੈ ਧੋਤੇ ਸੀਗੇ, ਅਤੇ ਸਾਰੇ ਸੋਫਿਆਂ ਦੇ ਇਕੱਠੇ ਜਿਹੜੇ ਕਵਰ ਆ ਮੈਂ ਨਹੀਂ ਲਾਉਂਦੀ ਗੀ। ਪਹਿਲਾਂ ਛੋਟੇ ਜਿਹੜੇ ਸੋਫੇ ਉਹਨਾਂ ਦੇ ਕਵਰ ਲਾ ਲਏ ਆ, ਅਤੇ ਬਾਅਦ 'ਚੋਂ ਵੱਡੇ ਸੋਫਿਆਂ ਦੇ ਵੱਡੇ ਸੋਫੇ ਦਾ ਕਵਰ ਆਪਾਂ ਲਾ ਲਾਂਗੇ, ਕਿਉਂਕਿ ਨਾ ਫਿਰ ਇਕੱਠੇ ਮਸ਼ੀਨ 'ਚ ਵੀ ਨਹੀਂ ਪੈਂਦੇ ਗੇ ਅਤੇ ਧੋਣੇ ਵੀ ਔਖੇ ਹੋ ਜਾਂਦੇ ਆ। ਅਤੇ ਚਲੋ ਸਾਫ਼ ਕਰਕੇ ਪਹਿਲਾਂ ਆਪਾਂ ਇਹਨਾਂ ਦੇ ਪਾ ਦਿੰਦੇ ਕਵਰ, ਫਿਰ ਦੇਖਦੇ ਹਾਂ ਆਪਾਂ ਕੀ ਕਰਦੇ ਹਾਂ। ਸਾਡੇ ਜਿਹੜੀ ਨਾ ਮਿੱਟੀ ਬਹੁਤ ਆਉਂਦੀ ਕਰਕੇ ਅਤੇ ਸੋਫੇ ਜਿਹੜੇ ਬਹੁਤ ਛੇਤੀ ਗੰਦੇ ਹੋ ਜਾਂਦੇ ਆ। ਅਤੇ ਜਿਹੜੇ ਹੁਣ ਇਹਨਾਂ ਦੇ ਕਵਰ ਆ ਨਾ, ਇਹ ਵੀ ਨਵੇਂ ਬਣਾਉਣ ਵਾਲੇ ਆ, ਕਾਫੀ ਟਾਈਮ ਦੇ ਆ, 4-5 ਸਾਲ ਹੋ ਗਏ ਬਣਾਇਆ ਨੂੰ, ਅਤੇ ਹੁਣ ਫਟੇ ਤਾਂ ਹੈ ਨਹੀਂ ਗੇ। ਵੈਸੇ ਕੱਪੜਾ ਵਧੀਆ ਸੀਗਾ ਅਤੇ ਪਰ ਫਿਰ ਵੀ ਇਹ ਨਾ ਹੁਣ ਥੋੜ੍ਹੇ ਜਿਹੇ ਪੁਰਾਣੇ ਜਿਹੇ ਹੋ ਗਏ ਆ, ਅਤੇ ਇਹ ਜਿਹੜਾ ਟੇਲਰ ਘਰ ਸੱਦ ਕੇ ਸਟਿੱਚ ਕਰਵਾਉਣੇ ਪੈਣੇ ਆ, ਅਤੇ ਦੇਖਦੇ ਹਾਂ ਵੀ ਗਾਂ ਸਰਦੀ 'ਚ ਹੀ ਦੇਖਾਂਗੇ, ਕਿਉਂਕਿ ਹੁਣ ਤਾਂ ਗਰਮੀ ਆ ਗਈ, ਗਰਮੀ 'ਚ ਤਾਂ ਹਰ ਕੰਮ ਕਰਨਾ ਔਖਾ ਲੱਗਦਾ, ਸਰਦੀਆਂ 'ਚ ਦੇਖਾਂਗੇ, ਦੁਬਾਰਾ ਬਣਾਵਾਂਗੇ ਦਿਵਾਲੀ ਦੇ ਟਾਈਮ 'ਤੇ। ਚਲੋ ਜੀ ਆਪਾਂ ਜਿਹੜਾ ਸੋਫਿਆਂ ਦੇ ਕਵਰ ਪਾ ਲਈਏ। ਅਤੇ ਉਸ ਤੋਂ ਪਹਿਲਾਂ ਤੁਸੀਂ ਚੈਨਲ 'ਤੇ ਨਿਊ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਨਾਲ ਜਿਹੜਾ ਬੈੱਲ ਵਾਲਾ ਬਟਨ ਆ ਉਹਨੂੰ ਵੀ ਜ਼ਰੂਰ ਪ੍ਰੈੱਸ ਕਰ ਦਿਓ, ਆਲ 'ਤੇ ਕਰ ਦਿਓ ਕਲਿੱਕ। ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ। ਚਲੋ ਜੀ ਆਪਾਂ ਸੋਫਿਆਂ ਦੇ ਕਵਰ ਪਾ ਲਈਏ, ਜਿਹੜਾ ਕਾਫੀ ਟਾਈਮ ਹੋ ਗਿਆ ਸੀਗਾ, ਅਤੇ ਹੌਲੀ ਹੌਲੀ ਜਿਹੜੀ ਆਪਾਂ ਥੋੜ੍ਹੀ ਥੋੜ੍ਹੀ ਕਰਕੇ ਸਾਰੀ ਸਫਾਈ ਕਰਦੇ ਹਾਂ, ਕਿਉਂਕਿ ਪਹਿਲਾਂ ਆਪਾਂ ਘਰ ਘੱਟ ਰਹੇ ਸਫਾਈ, ਫਟਾਫਟ ਮੋਟਾ ਮੋਟਾ ਜਿਹੜਾ ਕੰਮ ਆ ਕਰਕੇ ਚਲੇ ਜਾਣਾ, ਅਤੇ ਸਫਾਈ ਫਿਰ ਜਿਹੜੀ ਉਨੀ ਨਹੀਂ ਹੁੰਦੀ ਗੀ। ਅਤੇ ਹੁਣ ਆਪਾਂ ਅੱਜ ਦੋਨੇ ਛੋਟੇ ਸੋਫਿਆਂ ਦੇ ਕਵਰ ਜਿਹੜੇ ਪਾ ਲੈਂਦੇ ਹਾਂ, ਅਤੇ ਬਾਅਦ 'ਚ ਫਿਰ ਵੱਡੇ ਸੋਫੇ ਦਾ ਕਵਰ ਜਿਹੜਾ ਮੈਂ ਲਾ ਦੂੰਗੀ, ਅਤੇ ਉਹਨੂੰ ਮਸ਼ੀਨ 'ਚ ਪਾ ਦਿਆਂਗੇ ਧੋਣ ਲਈ। ਇਹ ਜਿਹੜੇ ਮੈਂ ਕਵਰ ਆ ਮਸ਼ੀਨ 'ਚ ਧੋਨੀ ਹੁੰਦੀ ਹਾਂ, ਕਿਉਂਕਿ ਨਾ ਕਾਫੀ ਭਾਰੇ ਹੋ ਜਾਂਦੇ ਆ, ਬਾਕੀ ਜਦੋਂ ਮਸ਼ੀਨ ਹੁੰਦੀ ਆ ਫਿਰ ਨਹੀਂ ਦਿਲ ਕਰਦਾ ਗਾ ਹੱਥਾਂ ਨਾਲ ਧੋਣ ਨੂੰ, ਜਿਹੜੇ ਹੱਥੀਂ ਕੱਪੜੇ ਧੋਣ ਨੂੰ ਦਿਲ ਹੀ ਨਹੀਂ ਕਰਦਾ ਗਾ, ਬਾਕੀ ਕੰਮ ਹੀ ਉੱਦਾਂ ਦੇ ਹੋ ਜਾਂਦੇ ਆ, ਕੰਮ ਬਹੁਤ ਹੋ ਜਾਂਦਾ ਕਰਕੇ ਇਹਦੇ ਲਈ ਸਪੈਸ਼ਲ ਜਿਹੜਾ ਘੰਟਾ ਅੱਧਾ ਘੰਟਾ ਕੱਢਣਾ ਪੈਂਦਾ ਕੱਪੜੇ ਧੋਣ ਲਈ। ਅਤੇ ਆਪਾਂ ਜੇ ਮਸ਼ੀਨ 'ਚ ਧੋਂਦੇ ਹਾਂ ਤਾਂ ਫਿਰ ਨਾਲ ਆਪਾਂ ਹੋਰ ਕੰਮ ਵੀ ਜਿਹੜਾ ਕਰ ਲੈਂਦੇ ਮਸ਼ੀਨ 'ਚ ਕੱਪੜੇ ਪਾ ਕੇ, ਆਪਾਂ ਜਿਹੜੇ ਕਵਰ ਪਾ ਦਈਏ। ਇੱਧਰ ਪਤਾ ਵੀ ਲੱਗਦਾ ਇੰਨੇ ਗੰਦੇ ਹੋਏ ਪਏ ਸੀ, ਜਿਹੜੇ ਵੱਡੇ ਸੋਫੇ ਦਾ ਕਵਰ ਹਜੇ ਮੈਂ ਨਹੀਂ ਉਤਾਰਿਆ ਗਾ, ਦੂਜਾ ਉਹ ਹੁਣ ਮੈਂ ਆਹ ਕੱਪੜਿਆ ਕਵਰ ਪਾ ਕੇ ਅਤੇ ਹੁਣ ਵੱਡੇ ਸੋਫੇ ਦਾ ਕਵਰ ਵੀ ਲਾਊਂਗੀ, ਅਤੇ ਇੰਨਾ ਜ਼ਿਆਦਾ ਮੈਲਾ ਹੋ ਜਾਂਦਾ ਮਿੱਟੀ ਆਉਂਦੀ ਕਰਕੇ, ਕਾਫੀ ਮਿੱਟੀ ਹੋ ਜਾਂਦੀ ਨਾ, ਬਾਕੀ ਜਦੋਂ ਬੱਚੇ ਉੱਤੇ ਬੈਠਦੇ ਹੱਥ ਹੁੱਥ ਲੱਗ ਜਾਂਦੇ ਆ, ਵੈਸੇ ਵੀ ਮਹੀਨੇ ਕੁ ਬਾਅਦ 20 ਦਿਨਾਂ ਬਾਅਦ ਧੋਣ ਵਾਲੇ ਹੋ ਹੀ ਜਾਂਦੇ ਆ, ਇਹੀ ਸੌਖਾ ਵੀ ਜਿਹੜੇ ਸੋਫੇ ਨਹੀਂ ਗੰਦੇ ਹੁੰਦੇ ਗੇ। ਚਲੋ ਕਵਰ ਤਾਂ ਆਪਾਂ ਲਾ ਕੇ ਧੋ ਦਿੰਦੇ ਹਾਂ, ਅਤੇ ਛੋਟੇ ਸੋਫਿਆਂ ਦੇ ਕਵਰ ਆਪਾਂ ਪਾ ਦਿੱਤੇ, ਵੱਡੇ ਸੋਫੇ ਦਾ ਕਵਰ ਆਪਾਂ ਲਾ ਲਿਆ ਸੀਗਾ। ਅਤੇ ਇੱਧਰ ਮੈਂ ਜਿਹੜੇ ਸਵੇਰੇ ਸਾਰਿਆਂ ਨੇ ਕੱਪੜੇ ਲਾਏ ਸੀਗੇ ਉਹ ਮਸ਼ੀਨ 'ਚ ਪਾਤੇ ਆ, ਅਤੇ ਆਪਾਂ ਪਾਤੀ ਸਰਫ, ਅਤੇ ਆਪਾਂ ਮਸ਼ੀਨ ਨੂੰ ਲਾ ਦਿੰਦੇ ਹਾਂ। ਅਤੇ ਉੱਧਰ ਆਪਾਂ ਬਣਾਉਂਦੇ ਅੱਜ ਖੀਰ, ਉਨੇ ਟਾਈਮ 'ਚ ਆਪਣੇ ਜਿਹੜੇ ਕੱਪੜੇ ਧੋਤੇ ਜਾਣਗੇ ਅਤੇ ਆਪਾਂ ਖੀਰ ਬਣਾਉਂਦੇ ਹਾਂ। ਸਵੇਰੇ ਸਵੇਰੇ ਜਿਹੜਾ ਕੰਮ ਕਾਫੀ ਹੋ ਜਾਂਦਾ, ਇਹ ਜਿਹੜੀ
नौ साढ़े नौ तो बाद की वीडियो है, सवेर के मॉर्निंग का टाइम है, नौ साढ़े नौ का। तो इधर आप दुध ले लिया, तो आप चौल ले लिया ककोली, तो इनू आप चंगी तरह धो लाँगे चौलों। आप बनावे खीर, तो दुध जोड़ा आप गर्म होने वास्ते रख दें। अज हैगी है जी मस्या, मस्या तो आप खीर बनाने होंने, तो उस तो बाद आप सब्जी रोटी बनावे। पहले आप खीर बना लें, चौल जोड़े मैं धो लिया चंगी तरह, तो दुध हल्का या गर्म हो गया, जो थोड़ा जहा होर गर्म हो गया अपना जो चौल पा देंगे। तो फिर जोड़ा गैस है वनू कर देंगे स्लो, तो जोड़ा हल्की हल्की जी सेकते खीर बन जूगी अपनी, नहीं तो फिर जी दुध तो बाहर निकल लग जाता। चौल आप मसल ले हाथों, तो आप पाते धो के फिर दोबारा धो ले सी, तो इनू आप हिला दें, नहीं जो आप चौल पाने केर थले चिपकते हैं, तो इनू आप कवर करके हौली हौली रिझन दें। तो रजती की खीर की वीडियो नहीं बनाई कि अपनी खीर जी बन गई है तैयार है। तो हम आप सब्जी बनाने, हूँ हो गया जी टाइम जरा 3:15 का हो गया, उस बाद मैं रोटी बनाई सब्जी बनाई, तो काफ़ी जरा काम हो गया सीगा कपड़े सुकने पाने वाले। ये थोड़े ना बहुत बार वीडियो जी शेयर कर चुके हैं, तो इसलिए फिर मैं वीडियो जी नहीं बनाई गई। तो हूँ आप सोफे का कवर ला लिया से धो के, तो हूँ यह सुक गया, तो आप इनू भी पा दें कवर न। वैसे वैच मिट्टी नहीं जाती गी क्योंकि कवर जोड़े है बहुत मोटे है ज़्यादा, क्योंकि दिवाली वेले मैं इन्होंने चंगी तरह साफ करती हूँ। तो हूँ तो आप चाड़ते चाड़ के पा दें कवर। चलो जी तुसी वीडियो इंजॉय करो, तो आप कवर पा लीए। चलो जी जिहड़ा सोफिया के कवर अपने पै गए आ, तो इनू आप सैट कर दें। तो इस दे नाल ही जिहड़ी अज वाली वीडियो दा एंड भी आप इत्थे करते हैं, मिलते हैं किसी नवी वीडियो दे नाल कोई नवी रेसिपी या ब्लॉग लैके। तद तक लई सति श्री अकाल, बाय बाय जी। जे वीडियो वधिया लगी लाइक शेयर कमेंट जरूर करो। अच्छा जी, फिर टेक केयर।